ਸਾਨੂੰ ਵਿਜੈ ਸ੍ਰੀ ਮੇਰੇ ਵਾਸਤੇ ਇਹ ਦਾਸ ਜਿਹੜੇ ਹੈ ਇਹ ਛੋਟੇ ਰੱਬ ਵਾ, ਜਿਹੜਾ ਉੱਪਰ ਦਾ ਰੱਬ ਵਾ ਉਹ ਵੱਡਾ ਵਾ। ਮੈਂ ਇਹਨਾਂ ਤੋਂ ਬਗੈਰ ਨਹੀਂ ਜੀ ਸਕਦੀ, ਉਸ ਰੱਬ ਤੋਂ ਬਗੈਰ ਨਹੀਂ ਜੀ ਸਕਦੀ ਜਿਨ੍ਹਾਂ ਨੇ ਮੇਰੀਆਂ ਦੁਆਵਾਂ ਪ੍ਰਭੂਕਾਰੀ ਕਰ ਕਰਕੇ ਤੇ ਮੇਰੇ ਪਤੀ ਨੂੰ ਇਹਨਾਂ ਨੇ ਠੀਕ ਕੀਤਾ ਵਾ। ਮੈਂ ਧੰਨਵਾਦ ਰੱਬ ਦਾ ਕਰਦੀ ਹਾਂ। ਇਹ ਵਕਤ ਮੈਂ ਨਾ ਮੇਰਾ ਕੋਈ ਨਹੀਂ ਸਹਾਰਾ, ਮੈਂ ਇਹੋ ਪ੍ਰਭੂ ਨੇ ਇਹਨਾਂ ਗਾੜੀ ਆਣ ਕੇ ਰੋਣੀ ਹਾਂ ਕਿ ਪ੍ਰਭੂ ਮੇਰਾ ਪ੍ਰਭੂ ਸਹਾਰਾ ਤੇ ਜਾਂ ਤੂੰ ਹੀ ਜੋ ਸਹਾਰਾ। ਤੇ ਮੇਰੇ ਵਾਕਿਆ ਇਹ ਲਾਗੇ ਲੱਗੇ ਹੋਰ ਕੋਈ ਨਹੀਂ ਲੱਗਾ ਦੁਨੀਆਂ ਤੇ, ਕੋਈ ਨਹੀਂ ਮੇਰਾ ਸਹਾਰਾ ਹੈਗਾ। ਮੈਂ ਸਹੀ ਗੱਲ ਜੋ ਸੰਤ ਕਹਿ ਰਹੇ ਸੀ ਪੇ ਭੈਣ ਪੈਸੇ ਨੂੰ ਅੱਜ ਵੇਖ ਰਹੀ, ਅੱਜ ਮੈਂ ਪੈਸੇ ਤੋਂ ਤਰਸ ਰਹੀ। ਜਿਹਨੇ ਲੋਕਾਂ ਨੇ ਪ੍ਰੋਫੈਸੀ ਸੁਣਿਆ ਕਿ ਕੋਈ ਭੈਣ ਇਹ ਜਗ੍ਹਾ ਤੇ ਆ, ਉਹ ਸੋਚ ਰਹੀ ਕਿ ਮੇਰਾ ਕੋਈ ਨਹੀਂ ਆ, ਮੇਰੇ ਕੋਲ ਪੈਸੇ ਵੀ ਨਹੀਂ ਹੈਗੇ, ਪੈਸੇ ਵੀ ਮੁੱਕ ਚੱਲੇ ਆ। ਅੱਜ ਮੇਰੇ ਕੋਲ 200 ਰੁਪਈਆ ਜਿਹੜਾ ਰਹਿ ਗਿਆ ਸਵੇਰੇ ਦਵਾਈ ਵਾਸਤੇ, ਮੈਂ ਅੱਜ ਕਹਿ ਰਹੀ ਹਾਂ ਕਿ ਪ੍ਰਭੂ ਤੂੰ ਇੰਤਜ਼ਾਮ ਕਰ। ਮੈਂ ਆਪਣੇ ਪਤੀ ਨੂੰ ਕਹਿ ਰਹੀ ਹਾਂ ਹਜੇ ਪੈਸੇ ਨਹੀਂ ਮੁੱਕੇ, ਖੁਦਾ ਨੇ ਮੁੱਕਾ ਨਹੀਂ ਦਿੱਤੀ, ਅੱਜ ਫਲ ਮੁੱਕ ਚੁੱਕਿਆ, ਪ੍ਰਭੂ ਇੰਤਜ਼ਾਮ ਕਰੇਗਾ। ਮੇਰਾ ਪਤੀ ਠੀਕ ਹੋ ਚੁੱਕਾ ਵਾ, ਮੈਂ ਪ੍ਰਭੂ ਨੂੰ ਆ ਕਹਿੰਦੀ ਹਾਂ ਜਿਹੜੀ ਦਵਾਈ ਖਾਂਦਾ ਵੀ ਛੁੱਟ ਜਾਏ, ਮੈਂ ਨਹੀਂ ਚਾਹੁੰਦੀ ਕਿ ਦਵਾਈ ਖਵਾਵਾਂ। ਇੱਕ ਮੈਨੂੰ ਖੱਜਲ ਖਰਾਬ ਹੋਣਾ ਪੈਂਦਾ ਦਵਾਈ ਲੈਣ ਜਾਣ, ਤੇ ਮੈਂ ਬੜੀ ਪਰੇਸ਼ਾਨ ਹਾਂ। ਰਾਤੀ ਰਾਤੀ ਮੇਰਾ ਘਰ ਵਾਲਾ ਕੰਬੀ ਜਾ ਰਿਹਾ, ਮੈਂ ਸੰਤਾਂ ਕੋਲ 3 ਵਜੇ ਫੋਨ ਲਾ ਕੇ ਪ੍ਰੇਅ ਕਰਾਈ, ਤੇ ਪਰ ਮੈਂ 2 ਵਜੇ ਤੱਕ ਰੱਸੀ ਮਾਵਤੀਆਂ ਨੇ ਪ੍ਰੇਅ ਕੀਤੀ, ਤੇ ਮੇਰਾ ਪਤੀ ਰਮਾਨ ਨਾਲ ਚੈਨ ਜਿਹਾ ਆਇਆ, ਕਹਿੰਦਾ ਅੱਜ ਮੈਨੂੰ ਪ੍ਰਭੂ ਨੇ ਬਚਾ ਲਿਆ ਸੀ, ਮੈਨੂੰ ਦਵਾਈ ਬੰਦ ਕਰ ਦੇ ਦੇਣੀ। ਮੈਂ ਕਿਹਾ ਚੱਲ ਨਹੀਂ ਦਿੰਦੀ, ਕਹਿੰਦਾ ਅੱਜ ਤੂੰ ਦਵਾਈ ਦੇ ਦਿੱਤੀ, ਅੱਗੇ ਤਾਂ ਮੈਨੂੰ ਦਵਾਈ ਨਾ ਦੇਈ। ਮੈਂ ਕਿਹਾ ਮੈਂ ਕੀ ਕਰਾਂ, ਮੈਂ ਪਰੇਸ਼ਾਨ ਬਹੁਤ ਵਾ, ਮੈਨੂੰ ਭੈਣ ਭਰਾ ਵੀ ਇਹਦੇ ਟਿਕਣ ਦਿੰਦੇ, ਉਹ ਕਹਿੰਦੇ ਆ ਤੂੰ ਇਹਨੂੰ ਮਾਰਨਾ ਚਾਹੁੰਦੀ ਆ, ਤੂੰ ਇਹਨੂੰ ਚੱਜ ਨਾਲ ਇਹਦਾ ਇਲਾਜ ਨਹੀਂ ਕਰਾਉਣੀ, ਮੈਂ ਮੇਰਾ ਪ੍ਰਭੂ ਤੇ ਇਲਾਜ ਵਾ। ਮੈਂ ਕਿਹਾ ਪ੍ਰਭੂ ਮੈਂ ਸਾਰੇ ਪੰਡਿਓ ਤਾਨੇ ਖਾ ਰਹੀ ਹਾਂ, ਮੇਰਾ ਕੋਈ ਨਹੀਂ ਉਸਾਰਾ, ਇੱਥੇ ਕਿਰਪਾ ਕਰਦੇ। ਪ੍ਰਭੂ ਨੇ ਅੱਜ ਕਿਰਪਾ ਕਰਤੀ, ਵਾਕਿਆ ਸਹੀ ਗੱਲ ਵਾ, ਦੁੱਖਾਂ ਵੇਲੇ ਕੋਈ ਨਹੀਂ ਲਾਗੇ ਲੱਗਦਾ ਰੱਬ ਤੋਂ ਇਲਾਵਾ, ਪ੍ਰਭੂ ਹੀ ਲੱਗਦਾ ਲਾਗੇ। ਮੇਰਾ ਪ੍ਰਭੂ ਤੇ ਬੜਾ ਮਾਣ ਵਾ, ਮੇਰਾ ਪ੍ਰਭੂ ਪਿਓ ਹੀ ਆ ਤੇ ਪਿਓ ਵੀ ਉਹੋ ਤੇ ਮਾਂ ਵੀ ਉਹੀ ਆ, ਤੇ ਮੇਰੇ ਲਈ ਸਭ ਕੁਛ ਉਹੀ ਆ। ਸਾਰੇ ਭੈਣ ਭਾਈਆਂ ਜੈਨ ਸੀ ਤੇ ਰੱਬ ਦੇ ਦਰਸ਼ਨ ਵੀ ਜੈਨ ਸੀ। ਅਗਲੀ ਦਵਾਈ ਸੁਣਾਉਂਦੇ ਸੀ, ਅੱਗੇ ਲੈ ਕੇ ਆਗੇ ਸੁੱਕ ਲਿਆ, ਅੱਗੇ ਆ ਰੋਕੇ ਦੁਸ਼ਟ ਆਤਮਾ ਨੂੰ ਡਾਲ ਰਹੇ ਸੀ, ਉਸੇ ਵਕਤ ਪ੍ਰਭੂ ਨੇ ਮੈਨੂੰ ਛੂ ਕੇ ਚੰਗਿਆ ਕੀਤਾ। ਇਸ ਗਵਾਈ ਦੇ ਲਈ ਮੈਂ ਪ੍ਰਭੂ ਯਿਸੂ ਮਸੀਹ ਦਾ ਤੇ ਰੱਬ ਦੇ ਦਾਸਾਂ ਦਾ ਬਹੁਤ ਧੰਨਵਾਦ ਕਰਦੀ ਹਾਂ। ਨੈਕਸਟ ਗਵਾਈ ਸਾਰੇ ਨੇ ਜਿਨ੍ਹਾਂ ਦੀਆਂ ਗਵਾਈਆਂ ਖੜੇ ਹੋ ਜਾਓ, ਖੜੇ ਹੋ ਜਾਓ, ਉੱਠੋ, ਗਵਾਈ ਨਹੀਂ ਲਗਾਉਣੀ ਅੱਜ, ਸ਼ੈਤਾਨ ਨੂੰ ਸ਼ਰਮਿੰਦਾ ਕਰਕੇ ਜਾਣਾ ਇੱਥੇ। ਸਾਰੇ ਬੋਲ ਹਾਲੇਲੂਯਾ, 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 ਹਾਲੇਲੂਯਾ। ਇੱਕ ਵਾਰੀ ਫੇਰ ਸਭ ਨੂੰ ਜੈ ਮਸੀਹ ਦੀ, ਖੁਦਾ ਦੇ ਦਾਸਾਂ ਨੂੰ ਵੀ ਜੈ ਮਸੀਹ ਦੀ। ਸੋ ਮੇਰੀ ਜ਼ਿੰਦਗੀ ਦੀ ਗਵਾਈ, ਮੈਂ 5 ਸਾਲ ਤੋਂ ਬਹੁਤ ਜ਼ਿਆਦੀਆਂ ਸਮੱਸਿਆ ਦੇ ਵਿੱਚੋਂ ਦੀ ਗੁਜ਼ਰ ਰਿਹਾ, ਪਰ ਪਰਮੇਸ਼ੁਰ ਦਾ ਸ਼ੁਕਰ ਹੈ ਜੋ ਪ੍ਰੋਫੈਸੀ ਪ੍ਰਭੂ ਦੇ ਦਾਸ ਨੇ ਕੀਤੀ ਉਹ 100% ਜਿਹੜੀ ਸਹੀ ਹੈ। ਬਹੁਤ ਸਾਰੀਆਂ ਮੇਰੇ 'ਤੇ ਕਸ਼ਟ ਨੇ, ਉਲਟੀਆਂ ਬਹੁਤ ਸਾਰੀਆਂ ਆਉਂਦੀਆਂ ਨੇ, ਪਰ ਜਦੋਂ ਪ੍ਰਾਰਥਨਾ ਕੀਤੀ ਪ੍ਰਭੂ ਦੇ ਦਾਸ ਨੇ ਔਰ ਪ੍ਰਭੂ ਨੇ ਮੈਨੂੰ ਚੰਗਾ ਕੀਤਾ। ਸੋ ਪ੍ਰਭੂ ਦੇ ਦਾਸਾਂ ਦੇ ਦੁਆਰਾ ਪ੍ਰਭੂ ਲਵਾਜ਼ ਆਈ ਫਾਸਟਨ ਪਿਛਲੇ ਬੁੱਧਵਾਰ ਤੋਂ, 20 ਵਾਰ ਤੋਂ ਮੇਰੇ ਫਾਸਟਨ ਚੱਲ ਰਹੇ ਨੇ, ਪਰ ਪ੍ਰਭੂ ਦਾ ਮੈਂ ਧੰਨਵਾਦ ਕਰਦਾ, ਉਹਨੇ ਟੋਲਣ ਨਹੀਂ ਦਿੱਤਾ। ਸੋ ਇਹ ਮੇਰੀ
ਗਵਾਈ ਲਿਆ ਮੇਰੇ ਲਈ ਪ੍ਰਾਰਥਨਾ ਕਰਨਾ ਕਿ ਪ੍ਰਭੂ ਮੈਨੂੰ ਵਿਸ਼ਵਾਸ ਇਮਾਨ ਵਿੱਚ ਮਜ਼ਬੂਤ ਕਰੇ ਸਭ ਨੂੰ ਜੈ ਮਸੀਹ ਦੀ ਤਾਰੀਫ ਕਰੋ ਸਾਹਿਬ ਪ੍ਰਭੂ ਜੀ ਨੈਕਸਟ ਗਵਾਈ ਹਾਂ ਸਿਸਟਰ ਦੀ ਗਵਾਈ ਆ ਵੈਰੀ ਗੁੱਡ ਬਹੁਤ ਅੱਛੀ ਹਾਲੇਲੂਯਾ ਆਪਣਾ ਨਾਮ ਆਪਣਾ ਟਰ ਥੋੜੀ ਪਿਛੇ ਆ ਸੁਮਨ ਥੋੜਾ ਪਿਛੇ ਹਾਲੇਲੂਯਾ ਚਾਓ ਤੁਹਾਡਾ ਕੀ ਨਾਮ ਮੇਰਾ ਨਾਮ ਸੁਮਨ ਹਾਂਜੀ ਮੇਰੇ ਜੀਵਨ ਦੀ ਗਵਾਹੀ ਇਸ ਤਰ੍ਹਾਂ ਹੋਣ ਕਿ ਪ੍ਰੋਬਲਮ ਬਹੁਤ ਜ਼ਿਆਦੀਆਂ ਆਈਆਂ ਕਿਉਂਕਿ ਮੈਂ ਰੱਬ ਤੋਂ ਪਿੱਛੇ ਹਟ ਗਈ ਖੁਦਾ ਦੇ ਸੰਤ ਸਾਡੇ ਘਰੇ ਗਏ ਕਹਿੰਦੇ ਕਿ ਪ੍ਰਭੂ ਦੀ ਆਵਾਜ਼ ਆਈ ਆ ਕਿ ਜੇ ਤੈਨੂੰ ਕੰਮ ਤੋਂ ਕੱਢ ਤਾਂ ਵੀ ਐਕਸੀ ਰੱਖਣਾ ਨਹੀਂ ਹੈ ਮੈਂ ਕਿਹਾ ਕਿ ਮੇਰੇ ਸਿਰ 'ਤੇ ਤਾਂ ਮੇਰਾ ਘਰ ਚੱਲਣ ਡਿਆ ਵਾ ਅਤੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਕਿ ਡੈਡੀ ਵੀ ਨਹੀਂ ਕੰਮ ਕਰਦੇ ਮੰਮੀ ਕਰਦੇ ਬੁੱਧਵਾਰ ਛੁੱਟੀ ਵੀ ਹੁੰਦੀ ਸੀ ਪਰ ਘਰੇ ਰਹਿਣਾ ਢੀਠ ਕਰ ਲਿਆ ਆਪਣੇ ਆਪ ਨੂੰ ਕਿ ਚਰਚ ਨਹੀਂ ਜਾਣਾ ਬੜਾ ਪਰੇਸ਼ਾਨ ਹੋਈ ਖੁਦਾ ਦੇ ਘਰ ਵਿੱਚ ਆਈ ਦਸਵਾਂ ਦੇ ਤੇ ਮੈਂ ਕੱਢ ਦਿੰਦੀ ਸੀ ਪਰ ਚਰਚ ਨਹੀਂ ਆਉਂਦੀ ਮੰਮੀ ਨੂੰ ਕਹਿਣਾ ਮੈਂ ਸੌਦਾ ਲੈਣ ਤਾਂ ਕੱਢ ਦੇ ਰੱਬ ਦਾ ਪਹਿਲਾਂ ਕੱਢਣਾ ਕਿਹਾ ਵੀ ਦੇਣਾ ਪਰ ਦਸਵਾਂ ਦੇ ਵੀ ਆਪਣੇ ਹੱਥੀ ਮੈਂ ਕੱਢਣਾ ਖੁਦਾ ਨੇ ਫਿਰ ਮੈਨੂੰ ਉਹਨਾਂ ਦਿਨਾਂ ਤੇ ਲੈਣ ਤਾਂ ਖੁਦਾ ਦਾ ਧੰਨਵਾਦ ਕਰਦੀ ਹਾਂ ਦਸਾਂ ਦਾ ਵੀ ਧੰਨਵਾਦ ਕਰਦੀ ਹਾਂ ਪ੍ਰਭੂ ਬਹੁਤ ਮਹਾਨ ਵਾ ਮੇਰੇ ਮਨ ਨੂੰ ਕਿਸੇ ਨੇ ਇਹੋ ਜਿਹਾ ਕਰਤਾ ਕਿ ਚਰਚ ਨਹੀਂ ਜਾਣਾ ਤੇ ਨਹੀਂ ਜਾਣਾ ਮੈਂ ਕਿਹਾ ਵੀ ਖੁਦਾ ਕਹਿੰਦਾ ਤੇਰੀ ਮਰਜ਼ੀ ਪੂਰੀ ਹੋਵੇ ਸੰਤਾਂ ਨੇ ਜੋ ਗੱਲ ਕਹਿਤੀ ਮੈਂ ਡਰ ਗਈ ਡਰ ਦੇ ਨਾਲ ਮੈਂ ਚਰਚ ਹੋਣਾ ਸ਼ੁਰੂ ਕਰ ਦਿੱਤਾ ਖੁਦਾ ਨੇ ਅੱਜ ਮੈਨੂੰ ਘਰ ਵਿੱਚ ਬਹੁਤ ਸਾਰੀ ਬਰਕਤ ਦਿੱਤੀ 3 ਮਹੀਨੇ ਹੋ ਗਏ ਮੰਮੀ ਮੰਜੇ ਤੇ ਡੈਡੀ ਤੇ ਬਿਲਕੁਲ ਵੀ ਨਹੀਂ ਕੰਮ ਕਰਦਾ ਮੈਂ ਕਿਹਾ ਖੁਦਾ ਨੇ ਮੇਰਾ ਸਾਰਾ ਬੋਝ ਚੁੱਕਿਆ ਕਿਉਂਕਿ ਮੇਰੇ ਰਾਹੀਂ ਘਰ ਨੂੰ ਚਲਾਉਣਾ ਤੇ ਫਿਰ ਨਾ ਮੇਰੇ ਘੁੰਡ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸੀ ਮੈਂ ਸੰਤਾਂ ਨੂੰ ਦੱਸਿਆ ਮੈਂ ਸੰਤ ਜੀ ਬੜਾ ਮਤਲਬ ਕਿ ਭੱਜ ਨੱਠ ਜੀ ਪੈਂਦੀ ਰਹਿੰਦੀ ਆ ਤੇ ਪ੍ਰਾਰਥਨਾ ਕਰੋ ਕਹਿੰਦੇ ਕਿ ਕੋਈ ਗੱਲ ਨਹੀਂ ਹੈ ਪ੍ਰਾਰਥਨਾ ਕਰਦੀ ਆ ਘੁੰਡ ਤੁਹਾਡਾ ਹੋਊਗਾ ਉਹ ਚੱਲੂਗਾ ਕਿ ਕਿਸੇ ਦੇ ਘੁੰਡ ਦੇ ਵਿੱਚ ਮੇਰੀ ਸੈਲਰੀ ਆਉਣੀ ਤੇ ਮੈਨੂੰ ਉਹਨਾਂ ਨੇ ਪੂਰਾ ਹਿਸਾਬ ਬਣਾ ਦੇਣਾ ਕਦੀ 7,000 ਦੇ ਦੇਣਾ ਕਦੀ 7,200 ਦੇ ਦੇਣਾ ਮੈਂ ਕਹਿੰਦਾ ਮੇਰੀ 7,500 ਸੈਲਰੀ ਹੁੰਦੀ ਹੈ ਤੇ ਫਿਰ ਮੈਂ ਲੈ ਲੈਣੇ ਜਿੰਨੇ ਦੇ ਨੇ ਤੇ ਮੈਂ ਪਰੇਸ਼ਾਨ ਹੋ ਗਈ ਕਿ ਕਿਸੇ ਦੇ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਮੇਰਾ ਗਾਉਂਡ ਹੀ ਹੋਣਾ ਚਾਹੀਦਾ ਫਿਰ ਪ੍ਰੋਬਲਮ ਆ ਗਈ ਮੈਂ ਫੋਨ ਕੀਤਾ ਸੰਤਾਂ ਨੂੰ ਮੈਂ ਕਿਹਾ ਕਿ ਮੇਰੀ ਪ੍ਰੋਬਲਮ ਬੜੀ ਜ਼ਿਆਦਾ ਆਉਂਦੀ ਆ ਫਿਰ ਪ੍ਰਾਰਥਨਾ ਕੀਤੀ ਗਾਉਂਡ ਵੀ ਹੁਣ ਹੱਲ ਹੋ ਗਿਆ ਮੇਰਾ ਬਸ ਜਾਣਾ ਸੀ ਅੱਜ ਮੈਂ ਕਿਉਂ ਨਹੀਂ ਆਈ ਕਿਉਂਕਿ ਉਹ ਹਰ ਵਾਰੀ ਬੁੱਧਵਾਰ ਹੀ ਮੈਨੂੰ ਬੁਲਾ ਲੈਂਦੇ ਸੀ ਕਿ ਗਾਉਂਡ ਆ ਲਾ ਜੇ ਚਰਚ ਜਾਵੇ ਨਾ ਮੈਂ ਕਿਹਾ ਨਹੀਂ ਪਹਿਲਾਂ ਚਰਚ ਫਿਰ ਗਾਉਂਡ ਹੁਣ ਮੈਂ ਕੱਲ੍ਹ ਜਾਣਾ ਮੇਰਾ ਮਸਲਾ ਹੱਲ ਹੋ ਜੇ ਕਿਉਂਕਿ ਮੈਂ ਅੱਜ ਨਹੀਂ ਗਈ ਸੀ ਚਰਚ ਆਉਣਾ ਦੂਜੀ ਜੀਵਨ ਦੀ ਗਵਾਹੀ ਇਸ ਤਰ੍ਹਾਂ ਕਿ ਕੱਲ੍ਹ ਫੋਨ ਆਇਆ ਕਹਿੰਦੇ ਕਿ ਨਵੀਂ ਮੈਡਮ ਰੱਖ ਲਈ ਮੈਡਮ ਕਹਿੰਦੀ ਵੀ ਸੁਮਨ ਇੱਕ ਨਵੀਂ ਮੈਡਮ ਆ ਗਈ ਮੇਰੇ ਮਨ 'ਚ ਫਿਰ ਡਰ ਗਈ ਕਿਤੇ ਮੈਨੂੰ ਨਾ ਕੱਢ ਦੇਣ ਮੈਂ ਅੱਜ ਫਿਰ ਚਰਚ ਆ ਗਈ ਫਾਸ ਰੱਖ ਕੇ ਕਿ ਨਹੀਂ ਮੈਂ ਪਹਿਲਾਂ ਤਾਂ ਸਮਾਨ ਕੱਢਦੀ ਰੱਬ ਦਾ ਸੌਦਾ ਕੱਢਦੀ ਹਾਂ ਲਿਆ ਕੇ ਘਰ ਵਿੱਚ ਪਰ ਨਹੀਂ ਮੈਂ ਨਹੀਂ ਜਾਣਾ ਡੋਗੀ ਤੋਂ ਫਿਰ ਮੈਂ ਮੈਡਮ ਨੂੰ ਫੋਨ ਕੀਤਾ ਕਹਿੰਦੀ ਨਹੀਂ ਉਹਨੂੰ ਵੀ ਰੱਖਿਆ ਸਾਰੇ ਕਹਿੰਦੇ ਨਹੀਂ ਸੁਮਨ ਨੂੰ ਨਹੀਂ ਕੱਢਣਾ ਖੁਦਾ ਦਾ ਧੰਨਵਾਦ ਕਰਦੀ ਹਾਂ ਪ੍ਰਭੂ ਨੇ ਜਿਹੜਾ ਵਾਅਦਾ ਆਪਣੇ ਦਾਸ ਦੇ ਮੂੰਹ ਚ ਬੋਲਿਆ ਪੂਰਾ ਕੀਤਾ ਮੇਰੀ ਪ੍ਰੈਗਨੈਂਸੀ ਨੂੰ 5ਵਾਂ ਮਹੀਨਾ ਜਾ ਰਿਹਾ ਪਰ ਡਾਕਟਰ ਕਹਿ ਰਹੇ ਕਿ ਬੱਚੇ ਦੇ ਦਿਮਾਗ ਮਤਲਬ ਕਿ ਠੀਕ ਨਹੀਂ ਹੈਗਾ ਹੋ ਸਕਦਾ ਕਿ ਬੱਚੇ ਤੁਹਾਡਾ ਪਾਗਲ ਹੋਵੇ ਇਸ ਕਿ ਮਹਿੰਗੇ ਟੈਸਟ ਕਰਵਾ ਚੁੱਕੀ ਹਾਂ ਫਿਰ ਅੱਜ ਮੈਂ ਸੰਤਾਂ ਦੇ ਕੋਲ ਸਵੇਰੇ ਮੈਨੂੰ ਕਾਫੀ ਹੱਦ ਤੱਕ ਆਰਾਮ ਵੀ ਮਿਲਿਆ ਅਤੇ ਵਿਸ਼ਵਾਸ ਵੀ ਹੋ ਗਿਆ ਹੁਣ ਜਿਹੜੀ ਕਾਫੀ ਮਹਿੰਗੀ ਰਿਪੋਰਟ ਕਰਵਾਈ ਹੈ ਮੈਂ ਸੰਤਾਂ ਨੂੰ ਆ ਕੇ ਦਿਖਾ ਨਹੀਂ ਕਿਸੇ ਡਾਕਟਰ ਦੇ ਕੋਲ ਨਹੀਂ ਜਾਣਾ ਹੈਗਾ ਮੈਨੂੰ ਵੀ ਅੱਜ ਨਵਾਂ ਜਨਮ ਮਿਲਿਆ ਮੇਰੇ ਬੱਚੇ ਨੂੰ ਨਵਾਂ ਜਨਮ ਮਿਲਿਆ ਹੈਗਾ ਮੇਰੇ ਹਸਬੈਂਡ ਨੂੰ ਨਵਾਂ ਜਨਮ ਉਹਨਾਂ 'ਚ ਵੀ ਬਹੁਤ ਜ਼ਿਆਦਾ ਗੁੱਸਾ ਆਉਂਦਾ ਮੇਰੇ 'ਚ ਵੀ ਮੇਰਾ ਇੰਨਾ ਜ਼ਿਆਦਾ ਘਰ ਦੇ ਵਿੱਚ ਇਹੋ ਜਿਹਾ ਸੁਭਾਅ ਹੋ ਗਿਆ ਬੱਚਿਆਂ ਤੱਕ ਮੇਰੇ ਚੰਗੇ ਨਹੀਂ ਲੱਗਦੇ ਸਾਰਿਆਂ ਵੱਡਿਆਂ ਤੱਕ ਹੀ ਬੋਲਣਾ ਸ਼ੁਰੂ ਕਰਤਾ ਹੈ ਪਰਮਾਤਮਾ ਨੇ ਮੇਰੀ ਸਾਰੀ ਅੱਖਾਂ ਖੋਲ ਦਿੱਤੀਆਂ ਮੈਂ ਇਹ ਸਮਝਦੀ ਹਾਂ ਕਿ ਉਸ ਛੋਟੇ ਸੰਤ ਹੀ ਮੇਰੇ ਪ੍ਰਭੂ ਨੇ ਖੁਦਾਰਿਆਂ ਨੂੰ ਬਰਕਤ ਦੇਵੇ ਧੰਨਵਾਦ
ਤਾਰੀਫ ਕਰੋ ਪ੍ਰਭੂ ਦੀ ਪ੍ਰਭੂ ਦੇ ਪ੍ਰਭੂ ਹੀ ਆ ਸਕੇ ਦਾਸ ਹੈ ਪ੍ਰਭੂ ਦੇ ਨੌਕਰ ਹੈ ਪਰਮੇਸ਼ਵਰ ਦੇ ਅੱਜ ਇਹ ਬੋਲ ਕੇ ਦੀ ਕਿ ਬਾਈ ਹਲੇ ਲਈ ਆ